ਵੀਰੋ ਹੁਣ ਆਪਾਂ ਕਰਾਂਗੇ ਅੱਜ ਕਮਰੇ ਦੀ ਸਫਾਈ ਕਿਉਂਕਿ ਫੀਡ ਦੀ ਗੱਡੀ ਹੈ ਜਿਹੜੀ ਉਹ ਸਵੇਰੇ ਆ ਜਾਣੀ ਹੈਗੀ ਵੀਰੋ ਆਪਾਂ ਜਿਹੜੀ ਕੀਟਨ ਦੀ ਦਵਾਈ ਦਵਾਂਗੇ ਇਸ ਵਾਰ ਇਹ ਜਿਹੜੀ ਆ ਮਤਲਬ ਬਿਰਬੈਕ ਦਿੱਚਿਆਂ ਨੂੰ ਫੀਡ ਉਹਨਾਂ ਨੂੰ ਪਾਵਾਂਗੇ ਵੀਰੋ ਡੈਰੀ ਪ੍ਰੋਟੀਨ ਤਿੰਨਾਂ ਨੂੰ ਦਵਾਂਗੇ ਆਪਾਂ ਇਹ 4 ਕਿਲੋ ਇੱਕ ਟਾਈਮ ਦਾ ਇਹ ਵੀਰੋ 2 ਕਿਲੋ ਦੀ ਹੈਗੀ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕੀ ਕੁਝ ਮੰਗਵਾਇਆ ਹੈਗਾ ਆਰਡਰ ਦੇ ਵਿੱਚ ਮੈਂ ਆਪਾਂ ਟੌਕਸੀਮੈਂਟਰ ਪਾ ਰਹੇ ਸੀਗੇ ਨਾ ਬਹੁਤ ਵੀਰ ਪੁੱਛਦੇ ਨੇ ਵੀ ਇਹਦੀ ਜਿਹੜੀ ਡੋਜ਼ ਹੈਗੀ ਵੀ ਆਪਾਂ ਕਿੰਨੀ ਪਾਉਣੀ ਹੈ ਤੇ ਵੀਰੋ ਹੁਣ ਆਪਾਂ ਕਰਾਂਗੇ ਅੱਜ ਕਮਰੇ ਦੀ ਸਫਾਈ ਕਿਉਂਕਿ ਫੀਡ ਦੀ ਗੱਡੀ ਹੈ ਜਿਹੜੀ ਉਹ ਸਵੇਰੇ ਆ ਜਾਣੀ ਹੈਗੀ ਤੇ ਵੈਸੇ ਵੀ ਆਪਣੇ ਕੋਲ ਫੀਡ ਸੀ ਜਿਹੜੀ ਥੋੜੀ ਰਹਿ ਗਈ ਤੇ ਸਵੇਰੇ ਗੱਡੀ ਨੇ ਆ ਜਾਣਾਗਾ ਤੇ ਇੱਕ ਵੀਰੋ ਆਪਾਂ ਜਿਹੜਾ ਮਿੰਦਰ ਮਿਕਸਚਰ ਸੀਗਾ ਪੀਡੀਐਸ ਦਾ ਦੁਬਾਰਾ ਤੋਂ ਫੇਰ ਲਿਆ ਹੈ ਹਾਈਮਿਨ 25 ਕਿਲੋ ਦੀ ਪੈਕਿੰਗ 'ਚ ਤੇ ਕਿਉਂਕਿ ਬਸ ਆਪਣੇ ਕੋਲ ਸਿਰਫ ਆਹੀ ਪੈਕਿੰਗ ਰਹਿ ਗਈ ਇੱਕ ਜਾਂ ਦੋ ਦਿਨ ਇਹਨੇ ਚੱਲਣਾਗਾ ਤੇ ਨਾਲ ਵੀਰੋ ਅੱਜ ਆਪਾਂ ਮਤਲਬ ਕੀਟਨ ਦੀ ਦਵਾਈ ਦਵਾਂਗੇ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਤੇ ਅੱਜ ਵੀਰੋ ਆਪਾਂ ਜਿਹੜੀ ਕੀਟਨ ਦੀ ਦਵਾਈ ਦਵਾਂਗੇ ਇਸ ਵਾਰ ਇਹ ਜਿਹੜੀ ਆ ਮਤਲਬ ਬਿਰਬੈਕ ਦੀ ਨਲ ਜਾਣਾਗੀ ਇਹਦੇ ਨਾਲ ਕਰਾਂਗੇ ਆਪਾਂ ਤੇ ਬਹੁਤ ਸੋਹਣਾ ਰਿਜ਼ਲਟ ਆਗਾ ਇਹਦਾ ਤੇ ਸਾਰੇ ਐਨੀਮਲਾਂ ਨੂੰ ਆਪਾਂ ਟੋਟਲੀ ਮਤਲਬ ਇਸੇ ਨਾਲ ਕਰਾਂਗੇ ਤੇ ਜਿਹੜੇ ਆਪਣੇ ਕਾਫ ਬੱਚੇ ਨੇਗੇ ਜਾਂ ਮੰਨ ਲਓ ਉਧਰ ਆਪਣੀਆਂ ਹੀਫਰਾਂ ਨੇਗੀਆਂ ਉਹਨਾਂ ਵਾਸਤੇ ਨਾ ਆਹ ਪਈ ਸੀਗੀ ਤੇ ਇਹ ਮਤਲਬ ਪਈ ਹੈਗੀ ਆਪਣੀ ਸਤੰਬਰ 2024 ਤੱਕ ਐਕਸਪਾਇਰੀ ਪਈ ਹੈਗੀ ਇਹਦੇ ਨਾਲ ਕਰ ਦਾਂਗੇ ਤੇ ਕੁਛ ਵੀਰੋ ਇਹਦੇ ਵਿੱਚ ਵੀ ਪਈ ਆ ਇਹ ਸ਼ਾਇਦ ਮੈਨੂੰ ਲੱਗਦਾ ਵੀ ਪੂਰੀ ਬੰਦ ਪਈ ਹੈਗੀ ਤੇ ਇਹ ਵੀ ਵੀਰੋ ਮਤਲਬ ਸਤੰਬਰ 2024 ਤੱਕ ਹੈਗੀ ਇਹ ਵੀ ਫੁੱਲ ਪਈ ਹੈਗੀ ਇਹ ਥੋੜ੍ਹੀ ਯੂਜ਼ ਕੀਤੀ ਹੋਈ ਹੈਗੀ ਤੇ ਇਹ ਆਪਾਂ ਜਿਹੜੇ ਆਪਣੇ ਉੱਧਰ ਕਾਫ ਬੱਚੇ ਨੇਗੇ ਮਤਲਬ ਕਾਫ ਦਾ ਮਤਲਬ ਜਿਹੜੇ 4-5 ਮਹੀਨੇ ਤੋਂ ਉੱਪਰ ਚੱਲ ਗਏ ਜਾਂ ਜਿਹੜੀਆਂ ਆਪਣੀਆਂ ਹੀਫਰਾਂ ਨੇ ਵੱਡੀਆਂ ਨੇ ਉਹਨਾਂ ਮਤਲਬ ਉਹਨਾਂ ਨੂੰ ਇਹ ਆਪਾਂ ਕਰ ਦਾਂਗੇ ਸਾਰੀ ਤੇ ਵੀਰੋ ਸਫਾਈ ਸੀ ਜਿਹੜੀ ਆਪਣੇ ਕਮਰੇ ਦੀ ਕਰ ਲਈ ਤੇ ਆ ਜਿਹੜੇ ਇੱਕ ਇੱਕ ਬੈਗ ਰਹਿੰਦੇ ਨੇ ਉਹ ਆਪਾਂ ਇੱਧਰ ਕਰਤੇ ਜਦੋਂ ਫੀਡ ਆਜੂਗੀ ਗੱਡੀ ਉਦੋਂ ਆਪਾਂ ਇਹ ਸਾਰੇ ਬਾਹਰ ਕੱਢ ਦਾਂਗੇ ਕਿਉਂਕਿ ਫਿਰ ਗਿਣਤੀ ਕਰਨੀ ਸੌਖੀ ਰਹਿੰਦੀ ਹੈਗੀ ਤੇ ਇਸ ਵਾਰ ਥੋੜ੍ਹੀ ਫੀਡ ਵੀ ਆਪਾਂ ਜ਼ਿਆਦਾ ਮੰਗਵਾਈ ਹੈਗੀ ਤੇ ਆਜੋ ਫਿਰ ਆਪਾਂ ਹੁਣ ਪਾਈਏ ਬੱਚਿਆਂ ਨੂੰ ਫੀਡ ਉਹਨਾਂ ਨੂੰ ਪਾਵਾਂਗੇ ਵੀਰੋ ਡੈਰੀ ਪ੍ਰੋਟੀਨ ਇਹ 4 ਕਿਲੋ ਆਗਾ ਡੈਰੀ ਪ੍ਰੋਟੀਨ ਇਹ ਜਿਹੜੇ ਆਪਣੇ ਇੱਧਰ ਤਿੰਨ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਅਲੱਗ ਤੋਂ ਬੰਨੇ ਹੋਏ ਨੇਗੇ 17 ਨੰਬਰ 19 ਨੰਬਰ ਤੇ ਇੱਕ ਇੱਧਰ ਹੈਗਾ ਤਿੰਨ ਇਹਨਾਂ ਤਿੰਨਾਂ ਨੂੰ ਦਵਾਂਗੇ ਆਪਾਂ ਇਹ 4 ਕਿਲੋ ਇੱਕ ਟਾਈਮ ਦਾ ਤੇ ਇਹਨਾਂ ਨੂੰ ਵੀਰੋ ਆਪਾਂ ਦਵਾਂਗੇ ਮਤਲਬ ਜਿਹੜੀ ਫੀਡ ਹੈਗੀ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਕਿਹੜੀ ਦਵਾਂਗੇ ਇੱਕ ਟਾਈਮ ਆਪਾਂ 1 ਕਿਲੋ ਤੋਂ ਜ਼ਿਆਦਾ ਦਿੰਦੇ ਹਾਂਗੇ 1.25 ਕਿਲੋ ਫੀਡ ਦੇ ਦਿੰਦੇ ਹੈਗੇ ਹੁਣ 8 ਨੇਗੇ ਤੇ ਆਪਾਂ ਇਹਦੇ ਵਿੱਚ 10 ਕਿਲੋ ਪਾ ਲਾਂਗੇ ਇਹਨਾਂ ਨੂੰ ਵੀਰੋ ਆਪਾਂ ਦੇਵਾਂਗੇ ਹੀਫਰ ਡਰਾਈ ਕਾਓ ਕਿਉਂਕਿ ਉਹਨਾਂ ਦਾ ਵਜਨ ਚੰਗਾ ਹੋ ਚੁੱਕਿਆ ਹੈਗਾ ਹੁਣ ਆਪਾਂ ਨੂੰ ਡੈਰੀ ਪ੍ਰੋਟੀਨ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹ ਵੀਰੋ 2 ਕਿਲੋ ਦੀ ਹੈਗੀ ਇਹ ਹੋ ਗਿਆ 2, 4, 6, 8, 10 ਇਹ ਜਾਣ ਕੇ ਜਿਹੜੀ 10 ਕਿਲੋ ਪਾਈ ਹੈ ਇਹ ਆਪਾਂ ਨੇ ਇਹ ਪਾਈ ਹੈਗੀ ਆਪਣੀਆਂ 8 ਹੀਫਰਾਂ ਵਾਸਤੇ ਅਤੇ ਬਸ ਇੱਦਾਂ ਵੀਰੋ ਫੀਡ ਆਪਾਂ ਜਿਹੜੀ ਹੈਗੀ ਹੈਗੀ ਇਹਨਾਂ ਦੇ ਅੱਗੇ ਸੁੱਟ ਦਿੰਦੇ ਹੈਗੇ ਬਰਸੀਮ ਦੇ ਨਾਲ ਅਤੇ ਇਹ ਫੀਡ ਆ ਜਿਹੜੀ ਸਾਰੀ ਖਾ ਲੈਂਦੇ ਨੇਗੇ ਇਹ ਟੋਟਲ ਆਪਣੀਆਂ 8 ਨੇਗੀਆਂ 8 ਨੂੰ ਆਪਾਂ ਇੱਕ ਟਾਈਮ 10 ਕਿਲੋ ਪਾਉਂਦੇ ਹੈਗੇ ਅਤੇ ਆਹ ਹੈਗਾ ਵੀਰੋ ਆਪਣਾ 21 ਨੰਬਰ ਕਾਫ ਅਤੇ ਇਹਨੂੰ ਆਪਾਂ ਹੁਣ ਅੰਦਰ ਨਹੀਂ ਛੱਡਦੇ ਹੈਗੇ ਪਹਿਲਾਂ ਇੱਕ ਵਾਰੀ ਛੱਡਤਾ ਸੀ ਅੰਦਰ ਇਹ ਅਤੇ ਫਿਰ ਆਪਾਂ ਸੋਚਿਆ ਵੀ ਮਤਲਬ ਅੰਦਰ ਛੱਡਣ ਨਾਲ ਕੀ ਹੁੰਦਾ ਹੈਗਾ ਨਾ ਥੋੜ੍ਹੀ ਕੇਅਰ ਘੱਟ ਜਾਂਦੀ ਹੈਗੀ ਅਤੇ ਹੁਣ ਇੱਥੇ ਵੀਰੋ ਪ੍ਰੋਪਰ ਜੋਖ ਕੇ ਨਾ ਆਪਾਂ ਇਹਨੂੰ ਫੀਡ ਦੇ ਰਹੇ ਹਾਂਗੇ ਇਸ ਟਾਈਮ ਇਹ ਤੁਸੀਂ ਮੰਨ ਕੇ ਚੱਲੋ ਸਿਰਫ ਇਹਨੂੰ ਕਾਫ ਫੀਡ ਚੱਲ ਰਹੀ ਹੈਗੀ ਅਤੇ ਹੁਣ ਗੱਡੀ ਆ ਜੂਗੀ ਅਤੇ ਉਹਦੇ ਵਿੱਚ ਇਹਦੀ ਗਰੋਵਰ ਫੀਡ ਆਊਗੀ ਜਿਹੜੀ ਉਹ ਆਪਾਂ ਇਹਨੂੰ ਸ਼ੁਰੂ ਕਰਾਂਗੇ ਹੁਣ ਅਤੇ ਆਪਾਂ ਦੇਖਦੇ ਹਾਂਗੇ ਚਲੋ ਹੈ ਨਾ ਇਹਦੇ ਉੱਤੇ ਇੱਕ ਟਰਾਇਲ ਲਾ ਕੇ ਦੇਖਦੇ ਹਾਂਗੇ ਵੀ ਜੇ ਇੱਕ ਵੀ ਆਪਾਂ ਪ੍ਰੋਪਰ ਤਰੀਕੇ ਨਾਲ ਹੈ ਨਾ ਵੀ ਫੀਡ ਦੇ ਰਹੇ ਹਾਂਗੇ ਹਰਾ ਚਾਰਾ ਜੋਖ ਜੋਖ ਕੇ ਦੇ ਰਹੇ ਹਾਂਗੇ ਵੀ ਕਿੰਨੀ ਲੋੜ ਆ ਗਈ ਦਿਨ ਦੀ ਤਾਂ ਵੀ ਉਹਦਾ ਕਿੰਨੀ ਕੁ ਆਪਾਂ ਨੂੰ ਫਾਇਦਾ ਹੁੰਦਾ ਗਾ ਬੱਚਾ ਕਿੰਨੀ ਛੇਤੀ ਤਿਆਰ ਹੁੰਦਾ ਗਾ ਵੈਸੇ ਤਾਂ ਚਲੋ ਪਤਾ ਲੱਗੇ ਰਿਹਾ ਹੈਗਾ ਵੀ ਬਹੁਤ ਚੰਗੀ ਗਰੋਥ ਆ ਰਹੀ ਹੈਗੀ ਅਲੱਗ ਤੋਂ ਰੱਖਣ ਨਾਲ ਅਲੱਗ ਤੋਂ ਫੀਡ ਦੇਣ ਨਾਲ ਤੇ ਵੀਰੋ ਆਰਡਰ ਸੀ ਜਿਹੜਾ ਆ ਚੁੱਕਿਆ ਹੈਗਾ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕੀ ਕੁਛ ਮੰਗਵਾਇਆ ਹੈਗਾ ਆਰਡਰ ਦੇ ਵਿੱਚ ਤੇ ਨਾਲੇ ਵੀਰ ਬਹੁਤ ਮਤਲਬ ਪੁੱਛਦੇ ਨੇ ਵੀ ਤੁਸੀਂ ਫੀਡ ਕਿਹੜੀ ਪਾਉਣੇ ਹੋਗੇ ਤੇ ਨਾਲੇ ਵੀਰਾਂ ਨੂੰ ਪਤਾ ਲੱਗ ਜੂ ਵੀ ਆਪਾਂ ਫੀਡ ਆ ਜਿਹੜੀ ਕਿਹੜੀ ਯੂਜ਼ ਕਰਦੇ ਹਾਂਗੇ ਤੇ ਭਰਾਵੋ ਵੈਸੇ ਤਾਂ ਮੋਸਟਲੀ ਵੀਰਾਂ ਨੂੰ ਪਤਾ ਕਾਰਗਿਲ ਦੀ ਫਿਰ ਵੀ ਚਲੋ ਬਹੁਤ ਵੀਰ ਪੁੱਛ ਲੈਂਦੇ ਨੇਗੇ ਵੀ ਬੱਚਿਆਂ ਨੂੰ ਕਿਹੜੀ ਪਾਉਣੇ ਹੋਗੇ ਹੈ ਨਾ ਸੂਣ ਤੋਂ ਪਹਿਲਾਂ ਗਾਵਾਂ ਨੂੰ ਕਿਹੜੀ ਪਾਉਣੇ ਆਪਾਂ ਸਾਰੀ ਅੱਜ ਤੁਹਾਨੂੰ ਦਿਖਾਉਣੇ ਹੈਗੇ ਤੇ ਵੀਰੋ ਹੈਗੀ ਕਿ 10,000 ਮਤਲਬ ਆਪਾਂ 10,000 ਫੀਡ ਪਾਉਣੇ ਹੈਗੇ ਮਿਲਕਿੰਗ ਐਨੀਮਲ ਨੂੰ
ਤੇ ਉਸ ਤੋਂ ਬਾਅਦ ਵੀਰੋ ਆ ਗਈ ਹੀਫਰ ਡਰਾਈ ਆ ਗਈ ਇਹ ਜਦੋਂ ਬੱਚਿਆਂ ਦਾ ਜਿਹੜਾ ਵਜਨ ਆ ਗਾ ਚੰਗਾ ਹੋ ਜਾਂਦਾ 3 ਕੁਇੰਟਲ ਤੋਂ ਪਲੱਸ ਹੋ ਜਾਂਦਾ ਗਾ ਫਿਰ ਆਪਾਂ ਡੈਰੀ ਪ੍ਰੋਟੀਨ ਲਗਾ ਲਓ ਜਾਂ ਕਾਫ ਗਰੋਵਰ ਜੋ ਵੀ ਪਾਉਣੇ ਹੁੰਦੇ ਆ ਆਪਾਂ ਬੰਦ ਕਰ ਦਿੰਦੇ ਹਾਂਗੇ ਫਿਰ ਆਪਾਂ ਇਹ ਫੀਡ ਸ਼ੁਰੂ ਕਰ ਲੈਂਦੇ ਹਾਂਗੇ 10 ਕੁ ਬੈਗ ਸ਼ਾਇਦ ਦੇ ਦੇਣਗੇ ਤੇ ਵੀਰੋ ਆਹ ਹੈਗੀ ਆ ਗਰੋਵਰ ਤੇ ਜਿਹੜੇ ਹੁਣ ਆਪਣੇ 4 ਮਹੀਨੇ ਤੋਂ ਪਲੱਸ ਹੋ ਚੁੱਕੇ ਨੇ ਬੱਚੇ ਉਹਨਾਂ ਨੂੰ ਆਪਾਂ ਇਹ ਗਰੋਵਰ ਫੀਡ ਦੇਵਾਂਗੇ ਤੇ ਇੱਕ ਵੀਰੋ ਟ੍ਰਾਂਜੈਕਸ਼ਨ ਜਿਹੜੀ ਪਲੱਸ ਹੈਗੀ ਇਹ ਹੈਗੀ ਕਿਉਂਕਿ ਆਪਣੇ 2 ਐਨੀਮਲ ਨੇ ਜਿਹੜੇ ਆਪਾਂ ਹੁਣ ਅੱਜ ਟਿਊਬਾਂ ਭਰਾਂਗੇ ਉਹਨਾਂ ਦੇ ਤੇ ਉਹਨਾਂ ਨੂੰ ਆਪਾਂ ਡਰਾਈ ਕਰਾਂਗੇ ਉਹਨਾਂ ਦੇ ਪੂਰੇ 2 ਮਹੀਨੇ ਰਹਿ ਗਏ ਤੇ ਇਹ ਜਿਹੜੀ ਹੈਗੀ ਆ ਵੀਰੋ ਇਹਨਾਂ ਦੀ ਹੁਣ ਮਤਲਬ ਇਹਨਾਂ ਨੇ ਚੇਂਜ ਕਰਤੀ ਟ੍ਰਾਂਜੈਕਸ਼ਨ ਜਿਹੜੀ ਪਲੱਸ ਹੈਗੀ ਇਹੀ ਫੀਡ ਹੁੰਦੀ ਹੈਗੀ ਜਦੋਂ ਆਪਾਂ ਐਨੀਮਲ ਨੂੰ ਡਰਾਈ ਕਰਨਾ ਗਾ 2 ਮਹੀਨੇ ਤਾਂ ਇਹੀ ਮਤਲਬ ਫੀਡ ਪੈਂਦੀ ਹੈਗੀ ਇਹਦੀ ਡੋਜ਼ ਆ ਜਿਹੜੀ ਪਹਿਲਾਂ ਘੱਟ ਪਾਉਣੀ ਹੈਗੀ ਆਪਣੇ ਜਦੋਂ ਲਾਸਟ ਵਾਲਾ ਮਹੀਨਾ ਰਹਿ ਜਾਂਦਾ 20-22 ਦਿਨ ਉਦੋਂ ਥੋੜ੍ਹੀ ਜਿਹੀ ਡੋਜ਼ ਇਹਦੀ ਵਧਾ ਦਾਂਗੇ ਆਪਾਂ 2 ਬੈਗ ਇਹਦੇ ਮੰਗਵਾਏ ਨੇ ਆਪਾਂ ਨੇ ਤੇ ਇੱਕ ਵੀਰੋ ਜਿਹੜਾ ਆਪਾਂ ਗੱਲ ਕਰੀ ਸੀ ਉਦੋਂ ਵੇਟ ਕਰਿਆ ਸੀ 21 ਨੰਬਰ ਕਾਫ ਦਾ ਤੇ ਅੱਜ ਵੀਰੋ ਉਹਨੂੰ ਆਪਾਂ ਜਿਹੜੀ ਗਰੋਵਰ ਹੈਗੀ ਉਹ ਫੀਡ ਇੰਨੀ ਕੁ ਸ਼ੁਰੂ ਕਰਾਂਗੇ ਕਿਲੋ ਤੋਂ ਜ਼ਿਆਦਾ ਫੀਡ ਦੇਵਾਂਗੇ ਆਪਾਂ ਮਤਲਬ ਉਹਨੂੰ ਨਾ ਫੀਡ ਆ ਜਿਹੜੀ ਏਦੀ ਖਵਾਉਣੇ ਹੈਗੇ ਕੋਈ ਅਚਾਰ ਜਾਂ ਬਰਸੀਨ ਵਗੈਰਾ ਵਿੱਚ ਮਿਕਸ ਨਹੀਂ ਕਰਦੇ ਹੈਗੇ ਤੇ ਪਹਿਲਾਂ ਇਹਨੂੰ ਫੀਡ ਖਵਾ ਦਾਂਗੇ ਵੀਰੋ ਆਪਾਂ ਸਾਰੀ ਫਿਰ ਉਸ ਤੋਂ ਬਾਅਦ ਹਨਾ ਜੋਖ ਕੇ ਜੇ ਆਈਡੀਏ ਨਾਲ ਵੀ ਜਿੰਨੀ ਵੀ ਲੋੜ ਹੈਗੀ ਸਾਇਲ ਤੇ ਜਾਂ ਮਤਲਬ ਆਪਣਾ ਬਰਸੀਮ ਆਗਾ ਫਿਰ ਉਹ ਆਪਾਂ ਮਤਲਬ ਇਹਨੂੰ ਦੇਵਾਂਗੇ ਤੇ ਬਾਕੀ ਜਿਹੜੇ ਬੱਚੇ ਆਪਾਂ ਅੰਦਰ ਬੰਨਦੇ ਹੁੰਦੇ ਸੀਗੇ 48 ਨੰਬਰ ਹੈਗਾ ਥੋੜ੍ਹੀ ਜਿਹੀ ਇਹਨੂੰ ਮੋਕ ਲੱਗ ਗਈ ਸੀਗੀ ਬਿਮਾਰ ਹੋ ਗਿਆ ਸੀ ਠੰਡ ਲੱਗ ਗਈ ਸੀਗੀ ਤੇ ਹੁਣ ਦੁਬਾਰਾ ਜੀ ਰਿਕਵਰੀ ਹੋਈ ਹੈਗੀ ਟ੍ਰੀਟਮੈਂਟ ਕਰਵਾ ਕੇ ਤੇ ਬਾਕੀ ਵੀਰੋ 47 ਨੰਬਰ ਆ ਬੈਠਾ ਹੁਣ ਆਪਾਂ ਉਰੇ ਲਿਆ ਏ ਤੇ ਹੁਣ ਇੱਥੇ ਇਹਨਾਂ ਨੂੰ ਜਿਹੜੀ ਫੀਡ ਵਗੈਰਾ ਗਈ ਪ੍ਰੋਪਰ ਸ਼ੁਰੂ ਕਰਾਂਗੇ ਹੁਣ ਇਹ ਫੀਡ ਖਾਣ ਵੀ ਲੱਗ ਗਏ ਪਹਿਲਾਂ ਆਪਾਂ ਦੁੱਧ ਤੇ ਰੱਖੇ ਹੋਏ ਸੀ ਹੁਣ ਇਹਨਾਂ ਦਾ ਦੁੱਧ ਆ ਜਿਹੜਾ ਘਟਾਉਂਦੇ ਜਾਵਾਂਗੇ ਤੇ ਇਹਨਾਂ ਦੀ ਫੀਡ ਆ ਜਿਹੜੀ ਵਧਾਉਂਦੇ ਜਾਵਾਂਗੇ ਹੁਣ ਤਕਰੀਬਨ ਇਹ ਫੀਡ ਖਾਣ ਲੱਗ ਗਏ ਤੇ ਵੀਰੋ ਪਿਛਲੀ ਵੀਡੀਓ ਦੇ ਵਿੱਚ ਜਿਵੇਂ ਆਪਾਂ ਟੌਕਸੀਮੈਂਡਰ ਪਾ ਰਹੇ ਸੀਗੇ ਨਾ ਬਹੁਤ ਵੀਰ ਪੁੱਛਦੇ ਨੇ ਵੀ ਇਹਦੀ ਜਿਹੜੀ ਡੋਜ਼ ਹੈਗੀ ਵੀ ਆਪਾਂ ਕਿੰਨੀ ਪਾਉਣੀ ਹੈਗੀ ਜਿਹੜੇ ਵੀਰ ਕਾਰਗਿਲ ਦੀ ਫੀਡ ਪਾਉਂਦੇ ਨੇ ਕਿ ਦੇਖੋ ਉਹ ਨਾ 7-8 ਗ੍ਰਾਮ ਈ ਡੋਜ਼ ਰੱਖਿਓ ਜ਼ਿਆਦਾ ਨਾ ਰੱਖਿਓ ਕਿਉਂਕਿ ਵੀਰੋ ਫਿਰ ਮਿਨਰ ਤੇ ਇਫੈਕਟ ਪੈਂਦਾ ਹੈਗਾ ਜੇ ਆਪਾਂ ਜ਼ਿਆਦਾ ਡੋਜ਼ ਪਾਉਣੇਗੇ ਜਿਹੜੇ ਵੀਰ ਕਾਰਗਿਲ ਦੀ ਮਤਲਬ ਫੀਡ ਪਾਉਂਦੇ ਨੇ ਕਿਉਂਕਿ ਟੌਕਸੀਮੈਂਡਰ ਆਲਰੇਡੀ ਇਹਦੇ ਵਿੱਚ ਸੈੱਟ ਕੀਤਾ ਹੁੰਦਾ ਪਾਇਆ ਹੁੰਦਾ ਹੈਗਾ ਐਕਸਟਰਾ ਆਪਾਂ ਪਾ ਸਕਦੇ ਹਾਂਗੇ ਜੇ ਆਪਾਂ ਨੂੰ ਦਿੱਕਤ ਆ ਰਹੀ ਹੈਗੀ ਮਤਲਬ ਮੈਥੈਟਸ ਦੀ ਪ੍ਰੋਬਲਮ ਆ ਰਹੀ ਹੈਗੀ ਜਾਂ ਆਪਾਂ ਨੂੰ ਲੱਗ ਰਿਹਾ ਵੀ ਕਿਤੇ ਨਾ ਕਿਤੇ ਜਿਹੜਾ ਆਪਣਾ ਸੈਲਜ ਹੈਗਾ ਉਹਦੇ ਵਿੱਚ ਕੋਈ ਨਾ ਕੋਈ ਕਮੀ ਹੈਗੀ ਤਾਂ ਤੁਸੀਂ ਕੀ ਕਰ ਸਕਦੇ ਹੋ ਟੌਕਸੀਮੈਂਟਰ ਐਡ ਕਰ ਸਕਦੇ ਹੋਗੇ ਥੋੜ੍ਹੇ ਟਾਈਮ ਲਈ ਲਗਾਤਾਰ ਨਹੀਂ ਪਾਉਣਾ ਹੈਗਾ ਸਿਰਫ ਜਦੋਂ ਆਪਣੇ ਹਰੇ ਚਾਰੇ 'ਚ ਪ੍ਰੋਬਲਮ ਹੁੰਦੀ ਹੈਗੀ ਉਹਦੀ ਆਪਾਂ ਇਹਨੂੰ ਯੂਜ਼ ਕਰਨਾ ਗਾ ਅਤੇ ਸਪੈਸ਼ਲ ਮੈਂ ਵੀਰਾਂ ਨੂੰ ਕਹਿਣਾ ਚਾਹੁੰਦਾ ਗਾ ਜਿਹੜੇ ਕਾਰਗਿਲ ਦੀ ਫੀਡ ਪਾਉਂਦੇ ਨੇਗੇ ਭਰਾ ਅਤੇ ਉਹ ਤੁਸੀਂ 7-8 ਗ੍ਰਾਮ ਤੋਂ ਮਤਲਬ ਜ਼ਿਆਦਾ ਡੋਜ਼ ਨਾ ਰੱਖਿਓ ਕਿਉਂਕਿ ਜ਼ਿਆਦਾ ਰੱਖੋਗੇ ਤਾਂ ਮਿਨਰ 'ਤੇ ਇਫੈਕਟ ਪਊਗਾ ਇਹ ਚੀਜ਼ ਨਾਲ ਅਤੇ ਬਾਕੀ ਵੀਰੋ ਦੂਸਰੀ ਫੀਡ ਆ ਜਿਹੜੀ ਹੋਰ ਵਰਤਦੇ ਨੇ ਹੈ ਨਾ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਕਿਸ ਤਰ੍ਹਾਂ ਟੌਕਸੀਮੈਂਟਰ ਪਾਇਆ ਹੁੰਦਾ ਗਾ ਅਤੇ ਹੋਮ ਮੇਡ ਆਪਣੇ 'ਤੇ ਡਿਪੈਂਡ ਹੁੰਦਾ ਗਾ ਵੀ ਆਪਾਂ ਕਿੰਨਾ ਟੌਕਸੀਮੈਂਟਰ ਪਾਉਣਾ ਗਾ ਅਤੇ ਉਹਦੇ ਹਿਸਾਬ ਨਾਲ ਡੋਜ਼ ਆ ਜਿਹੜੀ ਆਪਾਂ ਸੈੱਟ ਕਰ ਸਕਦੇ ਹਾਂਗੇ ਆਪਾਂ ਸਿਰਫ ਤੁਹਾਨੂੰ ਕਾਰਗਿਲ ਦੇ ਵੀਰਾਂ ਨੂੰ ਰੈਕਮੈਂਡ ਕਰਾਂਗੇ ਵੀ ਮੈਕਸੀਮਮ 7-8 ਗ੍ਰਾਮ ਤੋਂ ਵੱਧ ਤੁਸੀਂ ਤੁਹਾਨੂੰ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਕਿਤੇ ਕੋਈ ਕੇਸ ਹੀ ਜ਼ਿਆਦਾ ਆਪਾਂ ਨੂੰ ਲੱਗ ਰਿਹਾ ਵੀ ਪ੍ਰੋਬਲਮ ਆ ਰਹੀ ਹੈਗੀ ਜਾਂ ਆਪਣੇ ਸੈੱਲ ਦੇ ਵਿੱਚ ਜ਼ਿਆਦਾ ਕਮੀ ਹੈਗੀ ਉੱਥੇ ਤੁਸੀਂ 10 ਕੁ ਗ੍ਰਾਮ ਐਡ ਕਰ ਸਕਦੇ ਹੋਗੇ ਕੁਛ ਕੁ ਟਾਈਮ ਲਈ ਲਗਾਤਾਰ ਨਹੀਂ ਪਾਉਣਾ ਹੈਗਾ 10 ਕੁ ਦਿਨ ਪਾ ਕੇ ਦੁਬਾਰੇ ਫਿਰ ਆ ਜਿਹੜੀ ਡੋਜ਼ ਤੁਸੀਂ ਉਹਦੀ ਘਟਾ ਦਿਓ ਅਤੇ ਬਾਕੀ ਵੀਰੋ ਆਪਾਂ ਸਾਰੀਆਂ ਆਪਣੀਆਂ ਗਾਵਾਂ ਸੀਗੀਆਂ ਜਿਹੜੀਆਂ ਲਗਾ ਦਿੱਤੀਆਂ ਦੁਪਹਿਰ ਦਾ ਟਾਈਮ ਹੋ ਚੁੱਕਿਆ ਹੈਗਾ ਤਾਂ ਅਸਾਂ ਲਗਭਗ 3:30 ਹੋ ਚੁੱਕੇ ਨੇਗੇ ਅਤੇ ਬਾਕੀ ਵੀਰੋ ਹੁਣ ਅੱਜ ਕਰਾਂਗੇ ਮਸ਼ੀਨਾਂ ਸਾਫ ਮਤਲਬ ਕਾਫੀ ਟਾਈਮ ਲੰਘ ਚੁੱਕਿਆ ਸੀਗਾ ਆਪਾਂ ਸੋਚ ਰਹੇ ਸੀ ਮਸ਼ੀਨ ਸਾਫ ਕਰਾਂਗੇ ਅਤੇ ਆਹ ਤਾਂ ਆਪਾਂ ਨੇ ਇੱਕ ਕੱਲ੍ਹ ਕਰਤੀ ਸੀਗੀ ਥੋੜ੍ਹੀ ਜਿਹੀ ਇਹ 'ਚ ਮਤਲਬ ਜਿਹੜਾ ਪਾਈਪ ਹੈਗਾ ਤੁਸੀਂ ਦੇਖ ਸਕਦੇ ਹੋ ਖਰਾਬ ਹੋਣ ਲੱਗ ਗਏ ਅਤੇ ਜਿਹੜਾ ਕੈਮੀਕਲ ਸੀਗਾ ਉਹ ਮੁੱਕ ਚੁੱਕਿਆ ਹੈਗਾ ਕਿਉਂਕਿ ਉਹਦੇ ਨਾਲ ਸੀਗਾ ਨਾ ਜਿਹੜਾ ਆਹ ਮਤਲਬ ਦੁੱਧ ਮੇਰਾ ਜੰਮਦਾ ਨਹੀਂ ਹੈਗਾ ਕਿਉਂਕਿ ਇਕੱਲੇ ਪਾਣੀ ਨਾਲ ਜਾਂ ਗਰਮ ਪਾਣੀ ਨਾਲ ਇਹਦੀ ਕਲੀਨਿੰਗ ਇੰਨੀ ਹੁੰਦੀ ਨਹੀਂ ਹੈਗੀ ਉਹ ਆਪਾਂ ਲੈ ਕੇ ਆਵਾਂਗੇ ਦਿਖਾਵਾਂਗੇ ਵੀ ਤੁਹਾਨੂੰ ਜਦੋਂ ਆਪਾਂ ਲੈ ਕੇ ਆਵਾਂਗੇ ਅਤੇ ਫਿਲਹਾਲ ਹੁਣ ਆਪਾਂ ਅੱਜ ਦੂਸਰੀ ਮਸ਼ੀਨ ਆ ਜਿਹੜੀ ਚੰਗੀ ਤਰ੍ਹਾਂ ਉਹ ਸਾਫ਼ ਕਰ ਦਾਂਗੇ